ਪਵ ਜਲ ਨਿਦ ਪਾਰੀ, ਪਵ ਜਲ ਨਿਦ ਪਾਰੀ, ਕਿਉਂ ਛੁਟੋ ਕੈਸੇ ਤਰੋ, ਪਵ ਜਲ ਨਿਦ ਪਾਰੀ, ਪਵ ਜਲ ਨਿਦ ਪਾਰੀ, ਰਾਤ ਰਾਤ ਮੇਰੇ ਪੀਰ ਦਾ ਜਨਮ।
ਉਸ ਮਾਲਕ ਦੀ ਸ਼ਰਨ ਨੂੰ ਵਰਸਿਆ। ਜਦੋਂ ਸ਼ਬਦ ਦੀ ਆਰੰਭਤਾ ਹੁੰਦੀ ਹੈ ਨਾ, ਤੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਧਾ, ਅਜ ਹੂੰ ਵਿਕਾਰ ਨਾ ਛੋਡੇਈ ਪਾਪੀ ਮਨ ਮੰਦਾ। ਇਨਸਾਨ ਜਿੱਥੇ ਮਰਜ਼ੀ ਚਲਾ ਜਾਏ, ਆਪਣੇ ਘਰ ਨੂੰ ਤਿਆਗ ਦੇਵੇ, ਭਾਵੇਂ ਉਹ ਕੰਧ ਮੂਲ ਖਾਣ ਲੱਗ ਜਾਵੇ, ਭਾਵੇਂ ਉਹ ਦਰਖਤਾਂ ਦੇ ਪੱਤੇ ਖਾਣ ਲੱਗ ਜਾਵੇ, ਭਗਤ ਕਬੀਰ ਜੀ ਕਹਿੰਦੇ ਜਦੋਂ ਤੱਕ ਮਨ ਦੇ ਵਿਕਾਰ ਨਹੀਂ ਨਾ ਛੱਡਦਾ, ਅੱਜ ਹੂੰ ਵਿਕਾਰ ਨਾ ਛੋਟੇ ਪਾਪੀ ਮਨ ਮੰਦਾ, ਕਹਿੰਦੇ ਇਸ ਮਨ ਨੇ ਮੈਲਾ ਹੀ ਰਹਿਣਾ ਹੈ। ਇਸ ਮਨ ਦੀ ਮੈਲ ਜਿਹੜੀ ਹੈ ਕਿਤੇ ਜਾ ਕੇ ਨਹੀਂ ਉਤਰਨੀ। ਸ਼੍ਰੀ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧ ਨ ਕਰੇ, ਮਨ ਤੇ ਕਬੂ ਨ ਵਿਖਿਆ ਟਰੇ, ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਾਮ ਕਾਚੀ ਭੀਤ, ਮਨ ਹਰ ਕੇ ਨਾਮ ਕੇ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਜਿੰਨੇ ਮਰਜ਼ੀ ਯਤਨ ਕਰ ਲਈਏ, ਗੁਰਬਾਣੀ ਚ ਸ਼ਬਦ ਆਇਆ ਇਸ ਮਨ ਕੋ ਹੋਰ ਸੰਜਮ ਕੋ ਨਹੀਂ, ਵਿਣ ਸਤਿਗੁਰ ਕੀ ਸ਼ਰਣਾਏ। ਉਹਦੀ ਸ਼ਰਨ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਸੰਜਮ ਕਰ ਲਈਏ, ਆਪਾਂ ਸ਼ਬਦ ਪੜ੍ਹਦੇ ਹਾਂ ਨਾ ਬਾਰ ਬਾਰ, ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ, ਸ਼ਬਦ ਆਉਂਦਾ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬੰਧੇ। ਇਸ ਸ਼ਬਦ ਦੇ ਵਿੱਚ ਨਾ ਅੱਗੇ ਜਾ ਕੇ ਪੰਕਤੀ ਆਉਂਦੀ ਹੈ, ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲੱਖ ਯਤਨ ਕਰਾਈ। ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲਈਏ ਮਨ ਦੀ ਮੈਲ ਨਹੀਂ ਉਤਰਦੀ। ਤੇ ਅਖੀਰ ਤੇ ਇਸੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਹਰ ਕੀਰਤ ਸਾਧ ਸੰਗ ਹੈ, ਸਿਰ ਕਰਮਨ ਕੈ ਕਰਮਾ ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਜਦੋਂ ਸੰਗਤ ਵਿੱਚ ਜੁੜਾਂਗੇ ਨਾ, ਸਾਡੇ ਕਰਮ ਜਿਹੜੇ ਨੇ ਉਹਨਾਂ ਕਰਮਾਂ ਦੇ ਨਾਲ ਇਹ ਮਨ ਦੀ ਮੈਲ ਜਿਹੜੀ ਹੈ ਇਹ ਜਾਣੀ ਹੈ। ਕਿਉਂ ਛੂਟੋ ਕੈਸੇ ਤਰੋਂ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੇਟਲਾ। ਇਹ ਅਰਦਾਸ ਕੀਤੀ, ਫਿਰ ਪਹਿਲਾਂ ਸਵਾਲ ਕੀਤਾ ਸੱਚੇ ਪਾਤਸ਼ਾਹ, ਜਿਵੇਂ ਆਪਾਂ ਜਪਜੀ ਸਾਹਿਬ 'ਚ ਸਵਾਲ ਪੜ੍ਹਦੇ ਹਾਂ ਨਾ, ਕਿ ਸਚਿਆਰਾ ਹੋਈ ਹੈ ਕਿ ਵਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ, ਸਾਰੇ ਜਪੋ ਜੀ ਨਾਨਕ ਲਿਖਿਆ ਨਾਮ। ਜਿਵੇਂ ਉੱਥੇ ਸਵਾਲ ਤੇ ਜਵਾਬ ਦਿੱਤਾ, ਇੱਥੇ ਵੀ ਸੱਚੇ ਪਾਤਸ਼ਾਹ ਨੇ ਸਾਨੂੰ ਕਿਉਂ ਛੂਟੋ ਕੈਸੇ ਤਰੋਂ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੇਠਲਾ, ਜਨ ਸ਼ਰਨ ਤੁਮਾਰੀ। ਸੱਚੇ ਪਾਤਸ਼ਾਹ, ਜੇ ਮੈਂ ਚਾਹਵਾਂ ਆਪਣੀ ਕਰਨੀ ਕਰਕੇ ਛੁੱਟ ਨਹੀਂ ਸਕਦਾ, ਤੂੰ ਬਖਸ਼ਿਸ਼ ਕਰੇ ਜੇ ਤੂੰ ਰੱਖ ਲਵੇਂ ਇਸ ਸੰਸਾਰ ਤੇ, ਤੇ ਸੱਚੇ ਪਾਤਸ਼ਾਹ ਛੁੱਟਿਆ ਜਾ ਸਕਦਾ ਹੈ। ਅੱਗੇ ਪੰਕਤੀਆਂ ਆਉਂਦੀਆਂ ਨੇ ਨਾ, ਵਿਖਿਆ ਵਿਖਿਆ ਕੀ ਵਾਸਨਾ ਤਜੀ ਮੈਂ ਜਾਈ, ਆਪਾਂ ਇਹ ਸ਼ਬਦ ਪੜ੍ਹਿਆ।
ਇਸੇ ਤਰ੍ਹਾਂ ਦੀਆਂ ਗੱਲਾਂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬੇਨਤੀ ਕੀਤੀਆਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਗੱਜੈ ਨਾਨਕਾ ਧਰੀਏ ਕਰਮੀ ਲੱਗ। ਸੱਚੇ ਪਾਤਸ਼ਾਹ ਕਹਿੰਦੇ ਏਦਾਂ ਦੀ ਵਿਖਿਆ ਵਿਖਿਆ ਦੀ ਵਾਸਨਾ ਸਾਡੇ ਅੰਦਰ ਪਤਾ ਨਹੀਂ ਕਿੰਨੀ ਕੁ ਹੈ, ਪਰ ਤੇਰੀ ਕਿਰਪਾ ਦੇ ਨਾਲ, ਤੇਰੀ ਬਖਸ਼ਿਸ਼ ਦੇ ਨਾਲ ਸੱਚੇ ਪਾਤਸ਼ਾਹ, ਜਦੋਂ ਤੇਰੀ ਬਖਸ਼ਿਸ਼ ਹੋਵੇਗੀ ਨਾ, ਬਖਸ਼ਿਸ਼ ਦੇ ਨਾਲ ਤਰਿਆ ਜਾ ਸਕਦਾ ਹੈ। ਅਖੀਰ ਤੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਤਿਲੰਗ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਸਭ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰਗ ਕਰਦਮ ਮਾਮੇ ਨ ਜਿਨੀ ਹਵਾ। ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਸੰਸਾਰ ਦੇ ਵਿੱਚ ਦਿਨ ਰਾਤ ਤੂੰ ਵਿਚਰ ਰਿਹਾ, ਭੱਜਦਾ ਫਿਰ ਰਿਹਾ, ਦੌੜ ਭੱਜ ਕਰ ਰਿਹਾ, ਲਾਲਚ ਦੇ ਵਿੱਚ ਲੱਗਿਆ ਹੋਇਆ ਬੰਦਿਆ, ਹਜੇ ਵੀ ਤੇਰੇ ਅੰਦਰ ਸ਼ਬਦ ਨਾਲ ਜੁੜਨ ਦਾ ਖਿਆਲ ਨਹੀਂ ਬਣਿਆ। ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ, ਉਹ ਬਖਸ਼ਿਸ਼ ਕਰੇ ਤੇ ਰਾਖ ਰਾਖ ਮੇਰੇ ਬੇਠਲਾ ਜਨ ਸ਼ਰਨ ਤੁਮਾਰੀ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਆਪਣੀ ਸ਼ਰਨ ਦੇ ਵਿੱਚ ਰੱਖੋ, ਤਾਂ ਕਿ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁੱਖ ਸਾਗਰ ਮੇਰੇ ਗੁਰੂ ਗੋਪਾਲਾ ਗੁਰੂ ਕਿਰਪਾ ਕਰੇ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਾਡੇ ਕੋਲ ਗਿਆਨੀ ਹਰਿੰਦਰ ਸਿੰਘ ਜੀ, ਬੜੀ ਹੀ ਪੰਥ ਦੀ ਮਹਾਨ ਸ਼ਖਸੀਅਤ,